ਵੈਲਕਮ ਅਗੇਨ ਸਟੂਡੈਂਟਸ। ਪਿਛਲੀ ਵੀਡੀਓ ਦੇ ਵਿੱਚ ਅਸੀਂ ਸਿੰਕਰੋਨਸ ਆਨਲਾਈਨ ਲਰਨਿੰਗ ਕੀਤੀ ਆ। ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਸਿੰਕਰੋਨਸ ਆਨਲਾਈਨ ਲਰਨਿੰਗ, ਉਸ ਦੇ ਉਲਟ ਹੁੰਦੀ ਆ ਸਿੰਕਰੋਨਸ ਦੇ। ਇਹ ਅਸਿੰਕਰੋਨਸ ਆਨਲਾਈਨ ਲਰਨਿੰਗ ਰੈਫਰਸ ਟੂ ਅ ਮੋਡ ਆਫ ਆਨਲਾਈਨ ਐਜੂਕੇਸ਼ਨ ਵੇਅਰ ਸਟੂਡੈਂਟਸ ਇੰਗੇਜ ਇਨ ਲਰਨਿੰਗ ਐਕਟੀਵਿਟੀਜ਼ ਐਂਡ ਐਕਸੈਸ ਕੋਰਸ ਮਟੀਰੀਅਲ ਐਟ ਦੇਅਰ ਓਨ ਪੇਸ ਐਂਡ ਟਾਈਮ ਰਾਦਰ ਦੈਨ ਇਨ ਰੀਅਲ ਟਾਈਮ। ਤਾਂ ਲਾਈਵ ਕਲਾਸਿਸ ਨਹੀਂ ਹੁੰਦੀਆਂ ਇਹ, ਆਪਣੇ ਹਿਸਾਬ ਨਾਲ ਜਿਹੜੀਆਂ ਆਨਲਾਈਨ ਐਕਟੀਵਿਟੀਜ਼ ਅਤੇ ਕੋਰਸ ਮਟੀਰੀਅਲ ਦੇ ਹਿਸਾਬ ਨਾਲ ਬੱਚੇ ਨੇ ਜਿਹੜੇ ਸਟੂਡੈਂਟ ਨੇ ਲਰਨਰ ਨੇ ਉਹ ਆਨਲਾਈਨ ਐਜੂਕੇਸ਼ਨ ਲੈ ਸਕਦੇ ਨੇ। ਅਨਲਾਈਕ ਸਿੰਕਰੋਨਸ ਲਰਨਿੰਗ ਵਿੱਚ ਇਨਵੋਲਵਸ ਲਾਈਵ ਇੰਟਰੈਕਸ਼ਨਸ ਐਂਡ ਸ਼ਡਿਊਲਡ ਸੈਸ਼ਨਸ, ਅਸਿੰਕਰੋਨਸ ਲਰਨਿੰਗ ਅਲਾਉਸ ਫਾਰ ਫਲੈਕਸੀਬਿਲਿਟੀ ਐਂਡ ਸੈਲਫ ਡਾਇਰੈਕਟਡ ਲਰਨਿੰਗ। ਇਹਦੀਆਂ ਕਰੈਕਟਰਿਸਟਿਕਸ ਦੇਖਾਂਗੇ ਅਸੀਂ ਪਹਿਲਾਂ। ਇਸ ਦੀਆਂ ਕਰੈਕਟਰਿਸਟਿਕਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਊਗਾ ਸੈਲਫ ਪੇਸਡ। ਅਸਿੰਕਰੋਨਸ ਲਰਨਿੰਗ ਅਲਾਓ ਸਟੂਡੈਂਟਸ ਟੂ ਪ੍ਰੋਗਰੈਸ ਥਰੂ ਕੋਰਸ ਮਟੀਰੀਅਲਸ ਐਂਡ ਐਕਟੀਵਿਟੀਜ਼ ਐਟ ਦੇਅਰ ਓਨ ਪੇਸ ਅਕੋਰਡਿੰਗ ਟੂ ਦੇਅਰ ਇੰਡੀਵਿਜੁਅਲ ਸ਼ੈਡਿਊਲਸ ਐਂਡ ਪ੍ਰੈਫਰੈਂਸਿਸ। ਫਿਰ ਹੈ ਫਲੈਕਸੀਬਲ ਐਕਸੈਸ, ਪਾਰਟੀਸਪੈਂਟਸ ਕੈਨ ਐਕਸੈਸ ਕੋਰਸ ਮਟੀਰੀਅਲਸ, ਲੈਕਚਰਸ, ਅਸਾਈਨਮੈਂਟਸ ਐਂਡ ਡਿਸਕਸ਼ਨਸ ਅਸਿੰਕਰੋਨਸਲੀ ਐਨੀ ਟਾਈਮ ਐਂਡ ਐਨੀਵੇਅਰ ਵਿਦ ਐਨ ਇੰਟਰਨੈਟ ਕਨੈਕਸ਼ਨ ਵਿਦਆਊਟ ਦਾ ਨੀਡ ਟੂ ਬੀ ਪ੍ਰੈਜੈਂਟ ਐਟ ਸਪੈਸੀਫਿਕ ਟਾਈਮਸ। ਅਗਲੀ ਵਿਸ਼ੇਸ਼ਤਾ ਇਹਦੀ ਹੈਗੀ ਹੈ ਟਾਈਮ ਇੰਡੀਪੈਂਡੈਂਟ ਇੰਟਰੈਕਸ਼ਨ। ਇੰਟਰੈਕਸ਼ਨਸ ਬਿਟਵੀਨ ਸਟੂਡੈਂਟਸ ਐਂਡ ਇੰਸਟਰਕਟਰਸ ਐਜ ਵੈਲ ਐਜ ਅਮੰਗ ਪੀਅਰਸ ਅਕਰਸ ਅਸਿੰਕਰਨਸਲੀ ਵਿਦ ਪਾਰਟੀਸਪੈਂਟਸ ਪੋਸਟਿੰਗ ਮੈਸੇਜਿਸ ਕਮੈਂਟਸ ਐਂਡ ਰਿਸਪੋਂਸਿਸ ਐਟ ਡਿਫਰੈਂਟ ਟਾਈਮਸ। ਨੈਕਸਟ ਇਸਦੇ ਕੰਪੋਨੈਂਟਸ ਨੇ ਕੋਰਸ ਮਟੀਰੀਅਲ, ਇੰਸਟਰਕਟਰਸ ਪ੍ਰੋਵਾਈਡ ਕੋਰਸ ਮਟੀਰੀਅਲ ਸੱਚ ਐਜ ਲੈਕਚਰ ਨੋਟਸ, ਪ੍ਰੈਜੈਂਟੇਸ਼ਨਸ, ਵੀਡੀਓਸ, ਰੀਡਿੰਗਸ ਐਂਡ ਸਪਲੀਮੈਂਟਰੀ ਰਿਸੋਰਸਿਸ ਫਾਰ ਸਟੂਡੈਂਟਸ ਟੂ ਐਕਸੈਸ ਰਿਵਿਊ ਇੰਡੀਪੈਂਡੈਂਟਲੀ। ਫਿਰ ਡਿਸਕਸ਼ਨ ਬੋਰਡਸ ਐਂਡ ਫੋਰਮਸ, ਅਸਿੰਕਰੋਨਸ ਡਿਸਕਸ਼ਨਸ ਟੇਕ ਪਲੇਸ ਔਨ ਡਿਸਕਸ਼ਨ ਬੋਰਡਸ ਔਰ ਫੋਰਮਸ ਵੇਅਰ ਸਟੂਡੈਂਟਸ ਕੈਨ ਪੋਸਟ ਕੁਐਸਚਨਸ, ਰਿਸਪੋਂਡ ਟੂ ਪ੍ਰੋਮਪਟਸ, ਇੰਗੇਜ ਇਨ ਡਿਸਕਸ਼ਨਸ ਐਂਡ ਸ਼ੇਅਰ ਇਨਸਾਈਟ ਵਿਦ ਕਲਾਸਮੇਟਸ ਐਂਡ ਇੰਸਟਰਕਟਰਸ। ਫਿਰ ਅਸਾਈਨਮੈਂਟਸ ਐਂਡ ਅਸੈਸਮੈਂਟਸ, ਸਟੂਡੈਂਟਸ ਕੰਪਲੀਟ ਅਸਾਈਨਮੈਂਟਸ, ਕੁਇਜ਼, ਐਗਜ਼ਾਮਸ, ਪ੍ਰੋਜੈਕਟ ਐਂਡ ਅਦਰ ਅਸੈਸਮੈਂਟਸ ਇੰਡੀਪੈਂਡੈਂਟਲੀ, ਸਬਮਿਟਿੰਗ ਦੇਅਰ ਵਰਕ ਵਿਦ ਇਨ ਸਪੈਸੀਫਾਈਡ ਡੈਡਲਾਈਨ ਔਰ ਟਾਈਮਲਾਈਨ। ਨੈਕਸਟ ਹੈ ਫੀਡਬੈਕ ਐਂਡ ਇਵੈਲੂਏਸ਼ਨ, ਇੰਸਟਰਕਟਰ ਪ੍ਰੋਵਾਈਡ ਫੀਡਬੈਕ ਐਂਡ ਇਵੈਲੂਏਸ਼ਨ ਔਨ ਸਟੂਡੈਂਟ ਅਸਾਈਨਮੈਂਟਸ, ਅਸੈਸਮੈਂਟਸ ਐਂਡ ਪਾਰਟੀਸਪੇਸ਼ਨ ਅਸਿੰਕਰਨਸਲੀ, ਟਿਪੀਕਲੀ ਥਰੂ ਰਿਟਨ ਕਮੈਂਟਸ, ਗ੍ਰੇਡਸ ਔਰ ਰੂਬਰਿਕਸ। ਫਿਰ ਹੈ ਬੈਨੀਫਿਟਸ ਆਫ ਅਸਿੰਕਰੋਨਸ ਆਨਲਾਈਨ ਲਰਨਿੰਗ, ਇਸ ਦੇ ਬੈਨੀਫਿਟ
ਸੇਮ ਟੂ ਸੇਮ ਕਰੈਕਟਰਿਸਟਿਕਸ ਦੀ ਤਰ੍ਹਾਂ ਹੀ ਜਿਹੜੇ ਨੇ ਰਿਪੀਟ ਹੋ ਰਹੇ ਨੇ। ਫਲੈਕਸੀਬਿਲਟੀ ਆ, ਪਹਿਲਾਂ ਤਾਂ ਲਚਕਤਾ ਹੁੰਦੀ ਹੈ ਇਹਦੇ ਵਿੱਚ, ਸਟੂਡੈਂਟਸ ਆਪਣੇ ਹਿਸਾਬ ਨਾਲ ਜਿਹੜਾ ਟਾਈਮ ਉਹਨਾਂ ਨੂੰ ਸੂਟ ਕਰਦਾ ਹੈ, ਜਿਹੜਾ ਸ਼ਡਿਊਲ ਸੈੱਟ ਬੈਠਦਾ ਉਹਦੇ ਹਿਸਾਬ ਨਾਲ ਜਿਹੜੇ ਨੇ ਉਹ ਆਪਣਾ ਚੂਜ਼ ਕਰ ਲੈਂਦੇ ਨੇ ਐਜੂਕੇਸ਼ਨ ਲੈਣ ਦਾ ਟਾਈਮ। ਅਸਿੰਕਰੋਨਸ ਲਰਨਿੰਗ ਆਫਰਸ ਫਲੈਕਸੀਬਿਲਟੀ ਫਾਰ ਸਟੂਡੈਂਟਸ ਟੂ ਸਟੱਡੀ ਐਂਡ ਲਰਨ ਐਟ ਟਾਈਮ ਦੈਟ ਬੈਸਟ ਸੂਟ ਦੇਅਰ ਸ਼ੈਡਿਊਲਸ, ਅਕੋਮੋਡੇਟਿੰਗ ਡਾਇਵਰਸ ਲਰਨਿੰਗ ਸਟਾਈਲਸ, ਪ੍ਰੈਫਰੈਂਸਿਸ ਐਂਡ ਕਮਿਟਮੈਂਟਸ। ਫਿਰ ਹੈ ਪਹੁੰਚ, ਅਕਸੈਸਿਬਿਲਟੀ, ਪਾਰਟੀਸਪੈਂਟਸ ਕੈਨ ਅਕਸੈਸ ਕੋਰਸ ਮਟੀਰੀਅਲ ਐਂਡ ਅੰਗੇਜ ਇਨ ਲਰਨਿੰਗ ਐਕਟੀਵਿਟੀਜ਼ ਫਰੋਮ ਐਨੀ ਵੇਅਰ ਵਿਦ ਐਨ ਇੰਟਰਨੈਟ ਕਨੈਕਸ਼ਨ, ਮੇਕਿੰਗ ਐਜੂਕੇਸ਼ਨ ਮੋਰ ਅਕਸੈਸਿਬਲ ਟੂ ਇੰਡੀਵਿਜੁਅਲਸ ਵਿਦ ਵੇਰੀਅਸ ਬੈਕਗਰਾਊਂਡਸ ਐਂਡ ਸਰਕਮਸਟਾਂਸਿਸ। ਫਿਰ ਹੈ ਸੈਲਫ ਪੇਸਡ ਲਰਨਿੰਗ, ਸਟੂਡੈਂਟਸ ਹੈਵ ਦਾ ਆਟੋਨੋਮੀ ਟੂ ਪ੍ਰੋਗਰੈਸ ਥਰੂ ਕੋਰਸ ਮਟੀਰੀਅਲ ਐਟ ਦੇਅਰ ਓਨ ਪੇਸ, ਅਲਾਇੰਗ ਫਾਰ ਪਰਸਨਲਾਈਜ਼ਡ ਲਰਨਿੰਗ ਐਕਸਪੀਰੀਅੰਸ ਐਂਡ ਐਬਿਲਿਟੀ ਟੂ ਰਿਵਿਊ ਕੰਟੈਂਟ ਐਜ ਨੀਡਡ। ਫਿਰ ਹੈ ਰਿਫਲੈਕਟਿਵ ਲਰਨਿੰਗ, ਅਸਿੰਕਰੋਨਸ ਲਰਨਿੰਗ ਅਨਕਰੇਜਿਸ ਰਿਫਲੈਕਟਿਵ ਲਰਨਿੰਗ ਪ੍ਰੈਕਟਿਸਿਸ ਐਜ ਸਟੂਡੈਂਟਸ ਹੈਵ ਟਾਈਮ ਟੂ ਪ੍ਰੋਸੈਸ ਇਨਫੋਰਮੇਸ਼ਨ, ਰਿਫਲੈਕਟ ਓਨ ਦੇਅਰ ਅੰਡਰਸਟੈਂਡਿੰਗ ਐਂਡ ਫਾਰਮੂਲੇਟ ਥਾਟਫੁੱਲ ਰਿਸਪੋਂਸਿਸ ਟੂ ਪ੍ਰੋਮਪਟਸ ਐਂਡ ਡਿਸਕਸ਼ਨਸ। ਫਿਰ ਚੈਲੇਂਜਿਸ ਨੇ ਇਸਦੇ, ਪਹਿਲਾ ਚੈਲੇਂਜ ਹੈਗਾ ਇਹਦੇ ਵਿੱਚ ਮੋਟੀਵੇਸ਼ਨ ਐਂਡ ਟਾਈਮ ਮੈਨੇਜਮੈਂਟ ਦਾ। ਸਮ ਸਟੂਡੈਂਟਸ ਮੇ ਸਟਰਗਲ ਵਿਦ ਸੈਲਫ ਡਿਸਿਪਲਨ, ਮੋਟੀਵੇਸ਼ਨ ਐਂਡ ਟਾਈਮ ਮੈਨੇਜਮੈਂਟ ਵੈਨ ਲਰਨਿੰਗ ਅਸਿੰਕਰੋਨਸਲੀ, ਰਿਕੁਆਇਰਿੰਗ ਪ੍ਰੋਐਕਟਿਵ ਸਟ੍ਰੈਟਜੀਜ ਟੂ ਸਟੇ ਅੰਗੇਜਡ ਐਂਡ ਓਨ ਟਰੈਕ। ਫਿਰ ਹੈ ਕਮਿਊਨੀਕੇਸ਼ਨ ਬੈਰੀਅਰਸ, ਅਸਿੰਕਰੋਨਸ ਕਮਿਊਨੀਕੇਸ਼ਨ ਕੈਨ ਲੀਡ ਟੂ ਡਿਲੇਸ ਇਨ ਫੀਡਬੈਕ ਐਂਡ ਰਿਸਪੋਂਸਿਸ, ਹਿੰਡਰਿੰਗ ਟਾਈਮਲੀ ਕਲੈਰੀਫਿਕੇਸ਼ਨ of questions and issues and potentially impacting learning outcomes. Phir hai social isolation, lack of real time interactions and face to face contact may contribute to feeling of social isolation or disconnectedness among students, requiring efforts to foster a sense of community and engagement. ਫਿਰ ਟੈਕਨੋਲੋਜੀ ਸਕਿੱਲਸ ਨੇ, ਸਟੂਡੈਂਟਸ ਨੀਡ ਬੇਸਿਕ ਟੈਕਨੋਲੋਜੀ ਸਕਿੱਲਸ ਐਂਡ ਡਿਜੀਟਲ ਲਿਟਰੇਸੀ ਟੂ ਨੈਵੀਗੇਟ ਔਨਲਾਈਨ ਲਰਨਿੰਗ ਪਲੇਟਫਾਰਮਸ, ਅਕਸੈਸ ਕੋਰਸ ਮਟੀਰੀਅਲਸ ਐਂਡ ਪਾਰਟੀਸਪੇਟ ਇਨ ਅਸਿੰਕਰੋਨਸ ਐਕਟੀਵਿਟੀ ਇਫੈਕਟਿਵਲੀ। ਫਿਰ ਹੈ ਇਸ ਦੀਆਂ ਸਟ੍ਰੈਟਜੀਜ਼ ਇਹਨੂੰ ਇਫੈਕਟਿਵ ਬਣਾਉਣ ਲਈ, ਪਹਿਲੇ ਨੰਬਰ 'ਤੇ ਆਊਗਾ ਕਲੀਅਰ ਇੰਸਟਰਕਸ਼ਨਸ, ਪ੍ਰੋਵਾਈਡ ਕਲੀਅਰ ਇੰਸਟਰਕਸ਼ਨਸ ਗਾਈਡਲਾਈਨਸ ਐਂਡ ਐਕਸਪੈਕਟੇਸ਼ਨਸ ਫਾਰ students regarding accessing course material, completing assignments and participating in discussions. ਫਿਰ ਇਹਦੀ ਵੀ ਸਟ੍ਰੈਟਜੀ ਨੰਬਰ 2 ਹੈ ਅੰਗੇਜਮੈਂਟ ਐਕਟੀਵਿਟੀਜ਼, ਇਨਕਾਰਪੋਰੇਟ ਇੰਟਰੈਕਟਿਵ ਐਂਡ ਅੰਗੇਜਿੰਗ ਐਕਟੀਵਿਟੀਜ਼ ਸੱਚ ਐਜ ਮਲਟੀਮੀਡੀਆ ਕੰਟੈਂਟ, ਕੇਸ ਸਟੱਡੀ, ਸਿਮੂਲੇਸ਼ਨ ਐਂਡ ਕਲੈਬੋਰੇਟਿਵ ਪ੍ਰੋਜੈਕਟਸ ਟੂ ਪ੍ਰਮੋਟ ਐਕਟਿਵ ਲਰਨਿੰਗ ਐਂਡ ਸਟੂਡੈਂਟ ਅੰਗੇਜਮੈਂਟ। ਫਿਰ ਹੈ ਟਾਈਮਲੀ ਫੀਡਬੈਕ, ਪ੍ਰੋਵਾਈਡ ਟਾਈਮਲੀ ਐਂਡ ਕੰਸਟਰਕਟਿਵ ਫੀਡਬੈਕ
ਓਨ ਸਟੂਡੈਂਟਸ ਵਰਕ ਐਂਡ ਸਪੋਰਟ ਦੇਅਰ ਲਰਨਿੰਗ ਪ੍ਰੋਗਰੈਸ ਐਡਰੈਸ ਮਿਸਅੰਡਰਸਟੈਂਡਿੰਗਸ ਐਂਡ ਇਨਕਰੇਜ ਇੰਪਰੂਵਮੈਂਟ। ਅੱਗੇ ਹੈ ਕਮਿਊਨੀਕੇਸ਼ਨ ਚੈਨਲਸ, ਅਸਟੈਬਲਿਸ਼ ਇਫੈਕਟਿਵ ਕਮਿਊਨੀਕੇਸ਼ਨ ਚੈਨਲ ਸੱਚ ਐਜ ਈਮੇਲ, ਮੈਸੇਜਿੰਗ ਸਿਸਟਮ ਐਂਡ ਵਿਰਚੁਅਲ ਆਫਿਸ ਆਰਸ ਫਾਰ ਸਟੂਡੈਂਟਸ ਟੂ ਸੀਕ ਅਸਿਸਟੈਂਸ, ਆਸਕ ਕੁਸ਼ਚਨ ਐਂਡ ਕਮਿਊਨੀਕੇਟ ਵਿਦ ਇੰਸਟਰਕਟਰਸ। ਇਹ ਵੀ ਇੱਕ ਸਟ੍ਰੈਟਜੀ ਹੈ। ਲਾਸਟ 'ਤੇ ਅਸੀਂ ਕਹਿ ਸਕਦੇ ਹਾਂ ਅਸਿੰਕਰੋਨਸ ਔਨਲਾਈਨ ਲਰਨਿੰਗ ਆਫਰ ਜਾਂ ਫਲੈਕਸੀਬਲ ਐਕਸੈਸੀਬਲ ਅਪਰੋਚ ਟੂ ਐਜੂਕੇਸ਼ਨ, ਅਲਾਇੰਗ ਸਟੂਡੈਂਟਸ ਟੂ ਇੰਗੇਜ ਇਨ ਲਰਨਿੰਗ ਐਕਟੀਵਿਟੀਜ਼ ਐਟ ਦੇਅਰ ਓਨ ਪੇਸ ਐਂਡ ਟਾਈਮ ਵਾਈਲ ਇਟ ਪ੍ਰੈਜੈਂਟ ਸਰਟੇਨ ਚੈਲੇਂਜਿਸ। ਇਫੈਕਟਿਵ ਇੰਪਲੀਮੈਂਟੇਸ਼ਨ ਆਫ ਅਸਿੰਕਰੋਨਸ ਲਰਨਿੰਗ ਸਟ੍ਰੈਟਜੀ ਕੈਨ ਪ੍ਰਮੋਟ ਆਟੋਨੋਮੀ, ਫਲੈਕਸੀਬਿਲਟੀ ਐਂਡ ਰਿਫਲੈਕਟਿਵ ਲਰਨਿੰਗ ਪ੍ਰੈਕਟਿਸਿਸ, ਐਨਹਾਂਸਿੰਗ ਸਟੂਡੈਂਟਸ ਇੰਗੇਜਮੈਂਟ, ਸੈਟਿਸਫੈਕਸ਼ਨ ਐਂਡ ਸਕਸੈਸਫੁਲ ਔਨਲਾਈਨ ਐਜੂਕੇਸ਼ਨ। ਤਾਂ ਇਹ ਸੀਗਾ ਡਿਟੇਲ ਦੇ ਵਿੱਚ ਟੋਪਿਕ ਅਸਿੰਕਰੋਨਸ ਔਨਲਾਈਨ ਲਰਨਿੰਗ ਦਾ। ਪਹਿਲਾਂ ਅਸੀਂ ਸਿੰਕਰੋਨਸ ਔਨਲਾਈਨ ਲਰਨਿੰਗ ਕੀਤੀ ਆ। ਪੇਪਰ ਦੇ ਵਿੱਚ ਤੁਹਾਨੂੰ ਪ੍ਰਸ਼ਨ ਨੇ ਜਿਹੜੇ 12 ਨੰਬਰ ਦਾ, ਇਹ ਅੱਡ ਅੱਡ ਵੀ ਆ ਸਕਦੇ ਨੇ ਅਤੇ ਡਿਫਰੈਂਸ ਵੀ ਇਹਨਾਂ ਦਾ ਆ ਸਕਦਾ। ਦੋਨਾਂ ਤਰੀਕਿਆਂ ਨਾਲ ਤੁਸੀਂ ਜਿਹੜਾ ਕੁਸ਼ਚਨ ਆ ਕਰ ਸਕਦੇ ਹੋ, ਸਫੀਸ਼ੈਂਟ ਮਟੀਰੀਅਲ ਹੈ ਇਹ। ਤਾਂ ਮਿਲਦੇ ਹਾਂ ਫਿਰ ਨੈਕਸਟ ਟੋਪਿਕ ਦੇ ਨਾਲ। ਓਕੇ, ਥੈਂਕਸ।